ਅੱਜ ਅੰਮ੍ਰਿਤਸਰ ਦੇ ਉਦੋਂ ਹਲਕਾ ਰਾਜਾ ਸਾਂਸੀ ਦੇ ਪਿੰਡ ਛਿੱਡਣ ਦੇ ਕਰਮ ਸਿੰਘ ਨੇ ਦੱਸਿਆ ਕਿ ਪਿੰਡ ਦੀ ਸਤਬੀਰ ਕੌਰ ਦੇ ਬਿਆਨਾਂ ਤੇ ਮੇਰੇ ਅਤੇ ਮੇਰੇ ਲੜਕਿਆਂ ਹਰਦੀਪ ਸਿੰਘ ਤੇ ਮਨਜੀਤ ਸਿੰਘ ਅਤੇ ਵਰਿੰਦਰ ਸਿੰਘ ਅਤੇ ਹੋਰਨਾਂ ਖਿਲਾਫ ਥਾਣਾ ਲੋਪੋਕੇ ਵਿੱਚ ਨਜਾਇਜ਼ ਕੇਸ ਦਰਜ ਕੀਤਾ ਹੈ। ਕਰਮ ਸਿੰਘ ਨੇ ਦੱਸਿਆ ਉਕਤ ਸਤਬੀਰ ਕੌਰ ਦੇ ਲੜਕੇ ਹਰਪ੍ਰੀਤ ਸਿੰਘ ਨਾਲ ਸਾਡੀ ਜ਼ਮੀਨ ਵਿੱਚੋਂ ਰਾਸਤਾ ਕੱਢਣ ਸੰਬੰਧੀ ਇੱਕ ਕੇਸ ਮਾਨਯੋਗ ਅਜਨਾਲਾ ਕੋਰਟ ਵਿੱਚ ਚੱਲ ਰਿਹਾ ਹੈ, ਜੋ ਕਿ ਅਦਾਲਤ ਨੇ ਸਾਡੇ ਹੱਕ ਵਿੱਚ ਸਟੇ ਆਰਡਰ ਕੀਤੇ ਹਨ। ਕਰਮ ਸਿੰਘ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਕਿ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਕੱਲ 12 ਵਜੇ ਦੇ ਕਰੀਬ 150 ਦੇ ਕਰੀਬ ਬੰਦੇ 10-12 ਗੱਡੀਆਂ 7-8 ਮੋਟਰਸਾਈਕਲ ਲੈ ਕੇ ਘਰ ਆਏ ਆ, ਮੇਰੀ ਸਾਡੀ ਜ਼ਮੀਨ 'ਤੇ ਜਬਰੀ ਕਬਜ਼ਾ ਕਰਨ ਲੱਗੇ ਆ ਅਤੇ ਮੇਰੀ ਮੰਮਾ, ਮੇਰੀ ਵਾਈਫ, ਮੇਰੇ ਬੱਚਿਆਂ ਨੇ ਅਤੇ ਘਰਦੀ ਨੂੰ ਕੁੱਟਮਾਰ ਕੀਤੀ। ਕੁੱਟਮਾਰ ਕਰਨ ਤੋਂ ਬਾਅਦ ਇਹਨਾਂ ਸਾਡੇ ਘਰਦਿਆਂ ਨੂੰ ਅੰਦਰ ਤਾੜ ਦਿੱਤਾ ਅਤੇ ਸਾਡੀ ਕਾਰਵਾਈ ਦੀ ਜਬਰੀ ਰਸਤਾ ਪਾਉਣਾ ਸ਼ੁਰੂ ਕੀਤਾ ਅਤੇ ਸਾਡਾ ਇੱਕ ਕੰਮ ਕਰਦਾ ਭਈਆ ਉਹ ਵੀ ਚੁੱਕ ਕੇ ਲੈ ਗਿਆ, ਅਜੇ ਤੱਕ ਉਹ ਪਤਾ ਹੀ ਨਹੀਂ ਕਿੱਥੇ ਲੈ ਕੇ ਗਿਆ, ਸਾਨੂੰ ਕੋਈ ਪਤਾ ਨਹੀਂ ਹੈ। ਫਿਰ ਇਹਨਾਂ ਰਾਤ 12 ਵਜੇ ਦੇ ਕਰੀਬ ਫਿਰ ਸਲਾਹ ਮਸ਼ਵਰਾ ਬਣਾ ਕੇ 35-40 ਹਥਿਆਰਬੰਦ ਵਿਅਕਤੀ ਆਏ ਆ, ਉਹਨਾਂ ਆਉਂਦਿਆਂ ਹੀ ਸਾਡੇ ਘਰ ਨੂੰ ਸਿੱਧੀਆਂ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਪਾਲ ਸਿੰਘ, ਜਗਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਨਵਪ੍ਰੀਤ ਸਿੰਘ ਅਤੇ ਕੋਲਾ ਪਿੰਡ ਲੋਪੋਗੇ, ਬੱਲੂ ਪਿੰਡ ਲੋਪੋਗੇ, ਇਹ ਨਾਲ ਵਿਅਕਤੀ ਜਿਹੜੇ ਆ ਗੱਡੀਆਂ 'ਤੇ ਹਥਿਆਰਾਂ ਨਾਲ ਲੈਸ ਹੋ ਕੇ ਆਏ ਆ। ਦਿਨੇ ਵੀ ਇਹਨਾਂ ਸਾਡੀ ਪ੍ਰੋਪਰਟੀ ਨੂੰ ਬਹੁਤ ਨੁਕਸਾਨ ਪਹੁੰਚਾਇਆ ਅਤੇ ਰਾਤੀ ਵੀ ਸਾਨੂੰ ਜਾਨੋ ਮਾਰ ਚੱਲੇ ਸੀ। ਫਿਰ ਅਸੀਂ ਪੁਲਿਸ ਨੂੰ ਇਨਫੋਰਮ ਕੀਤਾ, ਪੁਲਿਸ ਆਈ ਆ, ਇਹਨਾਂ ਨੂੰ ਕੁਝ ਨਹੀਂ ਇਹਨਾਂ ਨੂੰ ਕਿਹਾ। ਉੱਧਰ ਉਹਨਾਂ ਦੇ ਘਰ ਸਾਰੇ ਬੰਦੇ ਜਾ ਕੇ ਲੁਕੇ ਹੋਏ ਸਨ, ਸੁਣਵਾਈ ਨਹੀਂ ਹੁੰਦੀ ਅਤੇ ਅਸੀਂ ਆਪਣੇ ਆਪ ਨੂੰ ਮਾਰ ਲਵਾਂਗੇ ਜੇ ਸਾਡੀ ਕੋਈ ਨਾ ਸੁਣਵਾਈ ਕੀਤੀ ਗਈ ਅਤੇ ਇਹਨਾਂ ਦੇ ਸਾਡੇ ਮਰਨ ਦੇ ਜ਼ਿੰਮੇਵਾਰ ਇਹ ਸਾਰੇ ਹੋਣਗੇ। ਜੇ ਕਰਮ ਸਿੰਘ ਆ ਕਹਿੰਦਾ ਪਿਆ ਨਹੀਂ ਬਣਦਾ ਅਤੇ ਜਿਹੜੀ ਹਰਪ੍ਰੀਤ ਧਿਰ ਆ ਉਹ ਕਹਿੰਦੇ ਵੀ ਸਾਡਾ ਪਿਆ ਜਿਹੜਾ ਇੱਥੇ ਬੇਚਰਾ ਤੋਂ ਪੁਰਾਣਾ ਪਿਆ ਚੱਲਣ ਡਿਆ ਅਤੇ ਫਿਰ ਇਹਨਾਂ ਦਾ ਆਪੋ 'ਚ ਝਗੜਾ ਜਿਹੜੀ ਹੈਗੀ ਆ ਕਰਮ ਸਿੰਘ ਭਾਰਤੀਏ ਪਿਆ ਵਾਹੁਣ ਨੂੰ ਫਿਰਦੇ ਸੀ, ਇਹਨਾਂ ਕਿਤੇ ਰਾਤ ਪਿਆ ਵਾਹੁਣ ਦੀ ਕੋਸ਼ਿਸ਼ ਕੀਤੀ। ਫਿਰ ਰਾਤ ਸਾਨੂੰ ਟੈਲੀਫੋਨ ਆਇਆ, ਮੈਨੂੰ SHO ਸਾਹਿਬ ਨੇ ਫੋਨ ਕੀਤਾ ਵੀ ਮੈਂ ਵੀ ਆ ਰਿਹਾ ਮੌਕੇ 'ਤੇ, ਤੁਸੀਂ ਪਹੁੰਚੋ। ਫਿਰ ਅਸੀਂ ਗਏ ਹਾਂ ਰਾਤ, ਜਦੋਂ ਅਸੀਂ ਗਏ ਉਦੋਂ ਦੋਵੇਂ ਪਰਿਵਾਰ ਆਪਣੇ ਘਰ ਛੱਡ ਕੇ ਚਲੇ ਗਏ ਸਾਡੀ ਗੱਡੀ ਦੀਆਂ ਲਾਈਟਾਂ ਵੇਖ ਕੇ। ਫਿਰ ਮੁੜ ਕੇ ਉੱਥੇ ਇਹਨਾਂ ਦੇ ਮਿਲੇ ਬੰਦੇ, ਉਹਨਾਂ ਨੂੰ ਟਾਈਮ ਦੇ ਕੇ ਆਏ ਕਿ ਤੁਸੀਂ ਸਵੇਰੇ ਡਿਊਟੀ ਸਾਹਿਬ ਦੇ ਦਫ਼ਤਰ ਆਓ। ਫਿਰ ਡਿਊਟੀ ਸਾਹਿਬ ਕੋਲ ਆਏ, ਫਿਰ ਉਹਨੂੰ ਦੋਵਾਂ ਧਿਰਾਂ ਨੇ ਟਾਈਮ ਲਿਆ। ਉੱਧਰੋਂ ਮਾਲ ਮਹਿਕਮੇ ਨੂੰ ਵੀ ਅਸੀਂ ਕਿਹਾ, SHO ਸਾਹਿਬ ਵੱਲੋਂ ਰੋਕੂ ਕਾਰਵਾਈ ਵੀ ਕਰਤੀ ਇਹਨਾਂ 'ਤੇ ਅਤੇ ਬਾਕੀ ਹੁਣ ਜੋ ਸੀਨੀਅਰ ਅਫਸਰ ਕਰਨਗੇ ਠੀਕ। ਫਿਲਹਾਲ ਚੌਂਕੀ ਇੰਚਾਰਜ ਰਸ਼ਪਾਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਨਾਂ ਵੱਲੋਂ ਦਰਖਾਸਤਾਂ ਆਈਆਂ ਹਨ ਤੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਅੰਮ੍ਰਿਤਸਰ ਤੋਂ ਕੈਮਰਾਮੈਨ ਨਰਿੰਦਰ ਕਪੂਰ ਦੇ ਨਾਲ ਅਮਨ ਮਾਲ।